अस्सलाम वालेकुम जी, मैं हूं मोहम्मद अब्बास। आप देख रहे हैं दरख्त के नीचे बकरियां हैं। चाचा रशीद साहब अपनी बकरियों को पत्ते वगैरह खिला रहे हैं दरख्तों के। आए इनसे बातचीत करते हैं, ये कब से इन्होंने बकरियां रखी हुई हैं और ये इनको कैसे पालते हैं। चाचा जी, कोई जानवर अगर बीमार हो जाए उन डॉक्टर को खड़ दे हो या आप दुआ दारू कर दे हो? आप दुआ दारू करी दी ते डॉक्टर को भी जाई दा ते डॉक्टर आखन दे ए दी दवाई कोनी हो टीका कोनी एदा। अच्छा, हां तुसी जो लिख देन 60 साल तो बकरी चार रहे हो? हां जी। है एक बकरी दी की कीमत है? एक बकरी दी 70-80। अच्छा अच्छा, एक केड़ी नस्ल दी बकरियां ने? खास अंबरसर दीयां, अमृतसर जिला। अच्छा अच्छा, ये जिला अमृतसर हिंदुस्तान का, हिंदुस्तान का जरा ओदी नस्ल है। हाँ जी, अमृतसर की बकरियां ने। जी जी, लो जी तुसी वेख रहे हो जी, अमृतसर तो पता नहीं कदों वेखना है, लेकिन अमृतसर की बकरियों की नस्ल वेख लवो। ਹਾਂ ਜੀ, ਚਾਚਾ ਰਸ਼ੀਦ ਅਲੀ ਸਾਹਿਬ ਨੇ ਜੀ। ਤੇ ਚਾਚਾ ਜੀ ਨੂੰ ਕੀ ਬੋਲਦੇ ਨੇ ਇਹ ਜਿਹੜਾ ਲੋਹੇ ਦਾ, ਇਹਨੂੰ ਛੜ ਬੋਲਦੇ ਨੇ? ਹਾਂਜੀ, ਤਾਂ ਕਾਪੀ। ਹਾਂ, ਕਾਪੀ ਕਾਪੀ ਕੁੰਡੀ ਕੁੰਡੀ। ਹਾਂ, ਛੜ। ਹਾਂਜੀ। ਤੇ ਤੁਸੀਂ ਕਿੰਨੀ ਕੁ ਦੇਰ ਤੋਂ ਬੱਕਰੀਆਂ ਰੱਖੀਆਂ ਨੇ? ਮੈਨੂੰ 60 ਸਾਲ ਹੋ ਗਏ ਨੇ। ਅੱਛਾ, 60 ਸਾਲ ਹੋ ਗਏ ਨੇ ਤੁਸੀਂ ਬੱਕਰੀ ਰੱਖੀਆਂ ਨੇ? ਬੱਕਰੀਆਂ ਜੀ। ਤੇ ਕਾਫੀ ਮੁਨਾਫਾ ਬਖਸ਼ ਕਾਰੋਬਾਰ ਹੈ, ਗੁਜ਼ਾਰਾ ਹੋ ਜਾਂਦਾ ਹੈ? ਆਉਂਦਾ ਜੀ, ਜਦੋਂ ਲੋੜ ਨਾ ਹੋਵੇ ਤੇ ਫਿਰ ਤੇ ਪੈਸੇ ਦੇਣੀਆਂ, ਤੇ ਜੇ ਲੋੜ ਹੋਵੇ ਫਿਰ ਥੋੜੇ। ਫਿਰ 70-80 ਹਜ਼ਾਰ ਦੇ ਬੱਕਰੀ ਜੇ। ਅੱਛਾ, ਇੱਕ ਬੱਕਰੀ 70-80 ਹਜ਼ਾਰ ਰੁਪਏ ਦੀ ਹੈ? 70-80 ਹਜ਼ਾਰ ਦੀ। ਤੇ ਤੁਸੀਂ ਸਾਰਾ ਦਿਨ ਇਸ ਤਰ੍ਹਾਂ ਹੀ ਦਰਖਤਾਂ ਤੋਂ ਪੱਤੇ ਵਗੈਰਾ ਲਾ ਕੇ ਖਵਾਉਂਦੇ ਹੋ ਇਹਨਾਂ ਨੂੰ? ਹਾਂਜੀ, ਬਿਲਕੁਲ ਜੀ, ਸਹੀ ਹੈ। ਹਾਂ, 60 ਸਾਲ ਹੋ ਗਏ ਨੇ ਤੁਹਾਨੂੰ ਇਹ ਕੰਮ ਕਰਦੇ? ਹਾਂਜੀ। ਸੁਬਾਹ ਟਾਈਮ ਘਰੋਂ ਨਿਕਲ ਆਉਂਦੇ ਹੋ? ਮੈਂ 11-12 ਵਜੇ। 11-12 ਵਜੇ ਜੀ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਪੈਦਾ ਹੋਏ ਸੀ ਜੀ, ਉਦੋਂ ਕੀ ਸੂਰਤ ਹਾਲ ਸੀ, ਹਾਲਾਤ ਕਿਵੇਂ ਦੇ ਸਨ? ਮਹਿੰਗਾਈ ਵੱਲੋਂ ਸਾਰਾ? ਉਦੋਂ ਮਹਿੰਗਾਈ ਜਿਹੜੀ ਘੱਟ ਸੀ ਤੇ ਦਾਣਾ ਫਾਕਾ ਘੱਟ ਲੱਭਦਾ ਸੀ ਬੰਦਿਆਂ ਨੂੰ, ਮਾਜਰ ਹੋ ਕੇ ਉਧਰ ਉਧਰ ਦੁਨੀਆ ਜਾਂਦੀ ਆਉਂਦੀ ਸੀ। ਤੁਸੀਂ ਮਾਜਰ ਹੋ ਕੇ ਇੱਥੋਂ ਦੇ ਰਹਿਣ ਵਾਲੇ ਸੀ? ਹਾਂਜੀ, ਮਾਜਰ ਹੋ ਤੁਸੀਂ ਵੀ? ਆਹੋ, ਮਾਜਰ ਆ। ਕਿਹੜੇ ਇਲਾਕੇ ਦੇ? ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ ਦਾ। ਤੁਸੀਂ ਕਿੱਡੇ ਕੁ ਸੋ ਜਦੋਂ ਪਾਕਿਸਤਾਨ ਬਣਿਆ ਸੀ? ਉਦੋਂ ਛੋਟੇ ਜਿਹੇ ਹੀ ਸਾਂ। ਕਿੰਨੇ ਕੁ ਹੋਸ਼ ਆਇਆ ਤੁਹਾਨੂੰ ਉਦੋਂ? ਆਹੋ, ਉਦੋਂ ਤੁਰ ਕੇ ਆਇਆ ਹਾਂ ਮੈਂ। ਅੱਛਾ, ਹੋਸ਼ ਹੈ ਤੁਹਾਨੂੰ? ਹਾਂ। ਤੇ ਕੀ ਤੁਸੀਂ ਰਾਜ ਵੇਖਿਆ ਵੁਖਿਆ ਕੋਈ? ਰਾਜ ਤਾਂ ਫਿਰ ਸਾਨੂੰ ਤੇ ਮਾਵਾਂ ਚੁੱਪ ਕਰਾਈ ਆਉਂਦੀਆਂ ਸੀ, ਕਤਲ ਬੜੇ ਹੁੰਦੇ ਸੀ ਤੇ ਲਾਸ਼ਾਂ ਦੇ ਉੱਤੋਂ ਟੱਪ ਟੱਪ ਕੇ ਆਉਂਦਾ ਹੈ ਸਾਂ। ਅੱਛਾ। ਹਾਂ, ਖੂਨੋਂ ਖਰਾਬ ਹੋ ਤੇ ਸਾਡੀਆਂ ਬੀਬੀਆਂ ਜਿਹੜੀਆਂ ਉਹ ਸਿੱਖਾਂ ਨੇ ਦੁੱਧ ਵੀ ਲਾ ਛੱਡੇ। ਅੱਲਾ ਮਾਫ ਕਰੇ। ਅੱਛਾ, ਤੇ ਦੋਨੋਂ ਵੀ ਚੁੱਪ ਕਰਾ ਦੇ, ਯਾਨੀ ਕਿ ਉਹ ਵਕਤ ਯਾਦ ਕਰਕੇ ਅੱਜ ਵੀ ਤੁਹਾਡੀ ਅੱਖਾਂ 'ਚ ਪਾਣੀ ਆ ਗਿਆ? ਇਨਸ਼ਾਅੱਲਾ। ਯਾਨੀ ਕਿ ਉਹ ਇੰਨਾ ਤਕਲੀਫ ਦਾ ਵਕਤ ਸੀ? ਇਹਦਾ ਮਤਲਬ ਹੈ ਤੁਹਾਨੂੰ ਪਾਕਿਸਤਾਨ ਦੀ ਲੋਕਾਂ ਨਾਲੋਂ ਜ਼ਿਆਦਾ ਕਦਰ ਹੋਏਗੀ। ਹਾਂਜੀ, ਕਿ ਤੁਸੀਂ ਇੱਥੇ ਦਾਦੀ ਨਾਲ ਫਿਰਦੇ ਹੋ, ਕੋਈ ਮਸਲਾ ਨਹੀਂ ਹੈ? ਜੀ ਜੀ, ਤੁਸੀਂ ਵੇਖ ਰਹੇ ਹੋ ਜੀ, ਚਾਚਾ ਜੀ ਦੱਸ ਰਹੇ ਨੇ
ਕਿ ਬੜੇ ਛੋਟੀ ਉਮਰ ਦੇ ਥਾਣ ਤੇ, ਲੇਕਿਨ ਉਹ ਕੈਸਾ ਦੁੱਖ ਹੈ, ਕੈਸਾ ਦਰਦ ਹੈ ਕਿ ਪੌਣ ਸਦੀ ਗੁਜ਼ਰਨ ਦੇ ਬਾਵਜੂਦ ਉਹਨਾਂ ਦੀ ਅੱਖਾਂ ਦੇ ਵਿੱਚ ਮੈਂ ਪਾਣੀ ਵੇਖਿਆ। ਮੈਂ ਮਦੀਦ ਦੇ ਸਮੂਦ ਤੋਂ ਉਹਨਾਂ ਨਾਲ ਤਦ ਗੱਲ ਨਹੀਂ ਕੀਤੀ ਕਿ ਉਹ ਬੜੇ ਅੱਗੇ ਖੁਸ਼ ਸਨ, ਮੇਰੇ ਨਾਲ ਖੁਸ਼ਬਾਸ਼ ਗੱਲਾਂ ਕਰ ਰਹੇ ਸਨ। ਜੈਸੇ ਆ ਜ਼ਿਕਰ ਛਿੜਿਆ ਉਹਨਾਂ ਦੀ ਅੱਖਾਂ 'ਚ ਨਮੀ ਆ ਗਈ, ਆਂਸੂ ਆ ਗਏ ਨੇ। ਅਤੇ ਚਾਚਾ ਜੀ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ, ਬੜੀ ਮਿਹਰਬਾਨੀ, ਥੈਂਕ ਯੂ।